ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ਬੂ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਆ ਲੈ ਕੇ ਸ਼ੋਅ ਜਿਸ ਦਾ ਨਾਮ ਹੈ ਜ਼ਰਾ ਹਟ ਕੇ। ਇਸ ਸ਼ੋਅ ਦੇ ਵਿੱਚ ਤੁਹਾਡੇ ਲਈ ਲਿਆਈਆਂ ਵੀ ਜਾਂਦੀਆਂ ਨੇ ਜ਼ਰਾ ਹਟ ਕੇ ਗੱਲਾਂ, ਤੇ ਅੱਜ ਦਾ ਜੋ ਟੌਪਿਕ ਹੈ ਨਾ ਉਹ ਤਾਂ ਹੈ ਹੀ ਹਟ ਕੇ, ਕਿਉਂਕਿ ਅੱਜ ਦੀ ਗੱਲ ਸੁਣ ਕੇ ਨਾ ਤੁਹਾਡੇ ਵੀ ਹੋਸ਼ ਉੱਡਣ ਵਾਲੇ ਨੇ। ਕੀ ਤੁਸੀਂ ਕਦੇ ਸੁਣਿਆ ਕਿ ਜਿਨ ਆਮ ਲੋਕਾਂ ਦੇ ਨਾਲ ਗੱਲ ਕਰਦੇ ਨੇ ਤੇ ਉਹਨਾਂ ਦੀ ਮਦਦ ਵੀ ਕਰਦੇ ਨੇ? ਹੈ ਨਾ ਹੈਰਾਨੀ ਵਾਲੀ ਗੱਲ, ਕਿਉਂਕਿ ਕਿਵੇਂ ਜਿਨ ਇਨਸਾਨਾਂ ਦੇ ਨਾਲ ਗੱਲ ਕਰ ਸਕਦੇ ਨੇ ਤੇ ਅਸਲ ਦੇ ਵਿੱਚ ਇਹ ਗੱਲ ਹੈ ਕਿ ਇਸ ਨੂੰ ਜਾਣਨ ਦੇ ਲਈ ਵਧਦੇ ਹਾਂ ਇਸ ਟੌਪਿਕ ਦੇ ਵੱਲ। ਜਿਨ ਜਾਂ ਜਿੰਨਾਤ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨਾਂ ਤੋਂ ਬੇਹੱਦ ਸ਼ਕਤੀਸ਼ਾਲੀ ਤੇ ਮਾਇਆਵੀ, ਯਾਨੀ ਕਿ ਉਹ ਜੋ ਹਰ ਚੀਜ਼ ਨੂੰ ਆਪਣੇ ਹਿਸਾਬ ਦੇ ਨਾਲ ਬਦਲ ਸਕਦੇ ਨੇ, ਜਾਦੂ ਕਰ ਸਕਦੇ ਨੇ। ਪਰ ਇਹਨਾਂ ਦਾ ਅਸਤਿਤਵ ਤੇ ਹਜੇ ਤੱਕ ਬਹੁਤ ਸਾਰੇ ਲੋਕ ਯਕੀਨ ਨਹੀਂ ਕਰਦੇ ਤੇ ਇਸਦੇ ਚੱਲਦੇ ਹੀ ਜਿੰਨ ਬਹੁਤ ਰਹੱਸਮਈ ਹੋ ਜਾਂਦੇ ਨੇ। ਵੈਸੇ ਤਾਂ ਜਿੰਨ ਮੁਸਲਮਾਨੀ ਤੇ ਅਰਬੀ ਲੋਕ ਕਥਾਵਾਂ ਦੇ ਮੁਤਾਬਕ ਅਸਲ ਮੰਨੇ ਜਾਂਦੇ ਨੇ, ਜਿਹਨਾਂ ਦਾ ਜ਼ਿਕਰ ਕੁਰਾਨ ਤੇ ਹੋਰ ਮੁਸਲਮਾਨੀ ਗ੍ਰੰਥਾਂ ਦੇ ਵਿੱਚ ਵੀ ਕੀਤਾ ਗਿਆ ਹੈ। ਕੁਰਾਨ ਦੇ ਮੁਤਾਬਕ ਕੁਦਰਤ ਨੇ ਇਨਸਾਨਾਂ ਨੂੰ ਮਿੱਟੀ, ਫਰਿਸ਼ਤਿਆਂ ਨੂੰ ਰੋਸ਼ਨੀ ਤੇ ਜਿੰਨਾਂ ਨੂੰ ਅੱਗ ਦੇ ਨਾਲ ਬਣਾਇਆ ਹੈ। ਇਹ ਜ਼ਿਆਦਾਤਰ ਅਦ੍ਰਿਸ਼ ਰਹਿੰਦੇ ਨੇ ਤੇ ਇਹ ਇਨਸਾਨਾਂ ਦੇ ਨਾਲ ਗੱਲਾਂ ਵੀ ਕਰ ਸਕਦੇ ਨੇ ਤੇ ਆਪਣਾ ਪ੍ਰਭਾਵ ਵੀ ਪਾ ਸਕਦੇ ਨੇ। ਆਖਰ ਕਿਉਂ ਜਿੰਨਾਂ ਦੇ ਅਸਤਿਤਵ ਤੇ ਕਈ ਸਵਾਲ ਚੁੱਕੇ ਜਾਂਦੇ ਨੇ ਤੇ ਇਹ ਅਸਲ ਦੇ ਵਿੱਚ ਹੁੰਦੇ ਵੀ ਹੈ ਕਿ ਨਹੀਂ, ਆਓ ਜਾਣਦੇ ਹਾਂ ਇਸੇ ਰਿਪੋਰਟ ਦੇ ਵਿੱਚ। ਜਿੰਨ ਦਾ ਜ਼ਿਕਰ ਮੁਸਲਿਮ ਤੇ ਅਰਬੀ ਲੋਕ ਕਥਾਵਾਂ ਦੇ ਵਿੱਚ ਕੀਤਾ ਜਾਂਦਾ ਹੈ ਤੇ ਕੁਰਾਨ ਤੇ ਹੋਰ ਇਸਲਾਮਿਕ ਧਾਰਮਿਕ ਗ੍ਰੰਥਾਂ ਦੇ ਵਿੱਚ ਜਿੰਨਾਂ ਦੇ ਬਾਰੇ ਲਿਖਿਆ ਗਿਆ ਹੈ। ਕੁਰਾਨ ਦੇ ਮੁਤਾਬਿਕ ਕੁਦਰਤ ਨੇ ਇਨਸਾਨ ਨੂੰ ਮਿੱਟੀ, ਫਰਿਸ਼ਤਿਆਂ ਨੂੰ ਲਾਈਟ ਯਾਨੀ ਕਿ ਰੋਸ਼ਨੀ ਤੇ ਜਿੰਨਾਂ ਨੂੰ ਅੱਗ ਦੇ ਨਾਲ ਬਣਾਇਆ ਹੈ। ਜਿਨ੍ਹਾਂ ਦਾ ਵੀ ਆਪਣਾ ਸਰੀਰ ਹੁੰਦਾ ਹੈ ਪਰ ਜ਼ਿਆਦਾਤਰ ਜਿੰਨ ਅਦ੍ਰਿਸ਼ ਹੀ ਰਹਿੰਦੇ ਨੇ ਤੇ ਇਹ ਇਨਸਾਨਾਂ ਤੇ ਆਪਣਾ ਪ੍ਰਭਾਵ ਬੜੀ ਹੀ ਆਸਾਨੀ ਦੇ ਨਾਲ ਪਾ ਸਕਦੇ ਨੇ। ਜਿਵੇਂ ਇਨਸਾਨ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਹੀ ਜਿੰਨ ਵੀ ਚੰਗੇ ਤੇ ਮਾੜੇ ਦੋਨੋਂ ਤਰ੍ਹਾਂ ਦੇ ਹੁੰਦੇ ਨੇ। ਜਿੰਨ ਵੀ ਆਮ ਇਨਸਾਨਾਂ ਦੀ ਤਰ੍ਹਾਂ ਆਪਣੇ ਸਮੁਦਾਇ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਪਰ ਇਹ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਇਸਦੇ ਕਰਕੇ ਹੀ ਜਿੰਨ ਖਾਲੀ ਪਈਆਂ ਇਮਾਰਤਾਂ, ਪੇੜਾਂ, ਪਹਾੜਾਂ ਜਾਂ ਖਾਲੀ ਤੇ ਬੰਦ ਘਰਾਂ ਦੇ ਵਿੱਚ ਵੱਸਦੇ ਨੇ। ਜਿਨ੍ਹਾਂ ਨੂੰ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈਣ ਦੀ ਆਜ਼ਾਦੀ ਕੁਦਰਤ ਨੇ ਦਿੱਤੀ ਹੈ ਤੇ ਉਹਨਾਂ ਦੀ ਇਹ ਆਜ਼ਾਦੀ ਉਹਨਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ 'ਚ ਦਖਲ ਦੇਣ ਦਾ ਵੀ ਮੌਕਾ ਦਿੰਦੀ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਜਿੰਨ ਚਾਹਵੇ ਤੇ ਉਹ ਕਿਸੇ ਇਨਸਾਨ ਨੂੰ ਕਾਮਯਾਬੀ ਦੇ ਸ਼ਿਖਰ ਤੇ ਪਹੁੰਚਾ ਸਕਦਾ ਹੈ ਤੇ ਬਿਲਕੁਲ ਉਸਦੇ ਉਲਟ ਕੋਈ ਮਾੜਾ ਜਿੰਨ ਕਿਸੇ ਇਨਸਾਨ ਦੀ ਸਾਰੀ ਜ਼ਿੰਦਗੀ ਵੀ ਤਬਾਹ ਕਰ ਸਕਦਾ ਹੈ। ਜਿੰਨ ਕਿਸ ਜਗ੍ਹਾ ਤੇ ਵੱਸਦੇ ਨੇ ਇਸ ਦਾ ਪਤਾ ਕਰਨਾ ਤਕਰੀਬਨ ਨਾਮੁਮਕਿਨ ਹੈ ਪਰ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਅਜਿਹੀ ਜਗ੍ਹਾ ਮੌਜੂਦ ਹੈ ਜਿੱਥੇ ਇੱਕ ਜਾਂ ਦੋ ਨਹੀਂ ਬਲਕਿ ਅਨੇਕਾਂ ਜਿੰਨ ਰਹਿੰਦੇ ਨੇ ਤੇ ਇਸ ਜਗ੍ਹਾ ਦਾ ਨਾਮ ਹੈ ਫਿਰੋਜ਼ ਸ਼ਾਹ ਕੋਟਲਾ। ਫਿਰੋਜ਼ ਸ਼ਾਹ ਕੋਟਲਾ ਵੈਸੇ ਤਾਂ ਉੱਥੇ ਮੌਜੂਦ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਲਈ ਮਸ਼ਹੂਰ ਹੈ ਪਰ ਬਹੁਤ ਘੱਟ ਹੀ ਲੋਕ ਜਾਣਦੇ ਨੇ ਕਿ ਇਸ ਸਟੇਡੀਅਮ ਨੂੰ ਇਹ ਨਾਮ ਇੱਥੇ ਮੌਜੂਦ ਫਿਰੋਜ਼ ਸ਼ਾਹ ਕੋਟਲਾ ਦੇ ਕਿਲ੍ਹੇ ਤੋਂ ਹੀ ਮਿਲਿਆ ਹੈ ਤੇ ਇਸੇ ਕਿਲ੍ਹੇ ਦੇ ਵਿੱਚ ਜਿੰਨਾਂ ਦਾ ਬਸੇਰਾ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ ਤੇ ਇਸੇ ਕਾਰਨ ਹੀ ਇਸ ਕਿਲ੍ਹੇ ਨੂੰ ਜਿੰਨਾਂ ਦਾ ਕਿਲ੍ਹਾ ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਫਿਰੋਜ਼ ਸ਼ਾਹ ਤੁਗਲਕ ਨੇ 1354 'ਚ ਦਿੱਲੀ ਦੇ 5ਵੇਂ ਸ਼ਹਿਰ ਫਿਰੋਜ਼ਸ਼ਾਹਬਾਦ ਦਾ ਨਿਰਮਾਣ ਕਰਵਾਇਆ ਸੀ ਤੇ ਇਸੇ ਸ਼ਹਿਰ 'ਚ ਕਈ ਮਦਰਸੇ ਤੇ ਬਾਵਲੀਆਂ ਵੀ ਉਸਦੇ ਵੱਲੋਂ ਬਣਵਾਈਆਂ ਗਈਆਂ ਸੀ ਤੇ ਨਾਲ ਹੀ ਇਸ ਕਿਲ੍ਹੇ ਨੂੰ ਵੀ ਬਣਵਾਇਆ ਗਿਆ ਜਿਸ ਦੇ ਵਿੱਚ ਇੱਕ ਮਸਜਿਦ ਵੀ ਬਣਵਾਈ ਗਈ ਪਰ ਸਮੇਂ ਦੇ ਨਾਲ ਨਾਲ ਇਹ ਕਿਲ੍ਹਾ ਵਿਰਾਨ ਹੋ ਗਿਆ ਤੇ ਇੱਕ ਖੰਡਰ 'ਚ ਤਬਦੀਲ ਹੋ ਗਿਆ। ਪਰ ਇੱਥੇ ਜਿੰਨ ਇਸ ਕਿਲ੍ਹੇ ਦੇ ਨਾਲ ਕਿਵੇਂ ਜੁੜੇ ਇਸ ਗੱਲ ਦੀ ਕੋਈ ਵੀ ਪੁਖਤਾ ਜਾਣਕਾਰੀ ਤੇ ਨਹੀਂ ਹੈ ਪਰ ਇਤਿਹਾਸਕਾਰਾਂ ਤੇ ਲੋਕਾਂ ਦੀਆਂ ਮਾਨਤਾਵਾਂ ਦੇ ਮੁਤਾਬਕ ਬਹੁਤ ਸਾਲਾਂ ਤੋਂ ਇਹ ਕਿਲ੍ਹਾ ਵਿਰਾਨ ਸੀ ਜਿਸ ਦੇ ਚੱਲਦੇ ਹੀ ਜਿਨ੍ਹਾਂ ਨੇ ਇੱਥੇ ਆਪਣਾ ਡੇਰਾ ਲਾ ਲਿਆ ਤੇ ਉਸ ਤੋਂ ਬਾਅਦ ਹੀ ਇਸ ਇਲਾਕੇ ਦੇ ਲੋਕਾਂ ਨੂੰ ਇੱਥੇ ਕੁਝ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਇੱਥੇ ਦੇ ਲੋਕਾਂ ਨੂੰ ਇਹ ਮੰਨਣ ਤੇ ਮਜਬੂਰ ਕਰਤਾ ਕਿ ਇੱਥੇ ਅਸਲ ਦੇ ਵਿੱਚ ਜਿਨ੍ਹਾਂ ਦਾ ਵਾਸ ਹੈ ਤੇ ਲੋਕਾਂ ਨੇ ਫਿਰ ਇਸ ਕਿਲ੍ਹੇ ਦੇ ਕੋਲ ਵੀ ਜਾਣਾ ਬੰਦ ਕਰ ਦਿੱਤਾ ਸੀ। ਕੁਝ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਕਾਫੀ ਸਮੇਂ ਪਹਿਲਾਂ ਇੱਕ ਪਹੁੰਚੇ ਹੋਏ ਸੂਫੀ ਸੰਤ ਹਜ਼ਰਤ ਬਦਰੁਦੀਨ ਸਮਰਕਾਂਦੀ ਤੋਂ ਇੱਥੋਂ ਦੇ ਜਿਨ੍ਹਾਂ ਨੇ ਗੁਜ਼ਾਰਿਸ਼ ਕੀਤੀ ਕਿ ਕਿਲ੍ਹੇ ਦੇ ਅੰਦਰ ਸੁੰਨੀ ਪਈ ਮਸਜਿਦ 'ਚ ਫਿਰ ਤੋਂ ਨਮਾਜ਼ ਅਦਾ ਹੋਣੀ ਚਾਹੀਦੀ ਹੈ ਤੇ ਫਿਰ ਇਸ ਜਗ੍ਹਾ ਨੂੰ ਦੁਬਾਰਾ ਰੂਹਾਨੀ ਨੂਰ ਦੇ ਨਾਲ ਰੋਸ਼ਨ ਕੀਤਾ ਜਾਵੇ। ਜਿਸ ਤੋਂ ਬਾਅਦ ਸੰਤ ਨੇ ਲੋਕਾਂ ਨੂੰ ਸਮਝਾਇਆ ਕਿ ਜਿੰਨ ਤੋਂ ਡਰਨ ਦੀ ਲੋੜ ਨਹੀਂ ਹੈ, ਉਹ ਵੀ ਰੱਬ ਦੇ ਬਣਾਏ ਹੋਏ ਨੇ।
ਜਿਸ ਦੇ ਚਲਦੇ ਫਿਰ ਇਸ ਮਸਜਿਦ ਚ ਲੋਕ ਨਮਾਜ਼ ਕਰਨ ਜਾਣ ਲੱਗੇ ਤੇ ਉਸਦੇ ਬਦਲੇ ਚ ਜਿਨ ਲੋਕਾਂ ਦੀ ਮਦਦ ਕਰਨ ਲੱਗ ਗਏ। ਫਿਰ ਉਸ ਸਮੇਂ ਤੋਂ ਇਹੀ ਮਾਨਤਾ ਬਿਨਾਂ ਰੁਕੇ ਚੱਲਦੀ ਆ ਰਹੀ ਹੈ। ਇੱਥੇ ਆਉਣ ਵਾਲੇ ਲੋਕ ਆਪਣੀਆਂ ਸਮੱਸਿਆਵਾਂ ਇੱਥੇ ਇੱਕ ਪੇਜ ਤੇ ਲਿਖ ਕੇ ਚਿੱਠੀ ਦੇ ਰੂਪ ਚ ਟੰਗ ਜਾਂਦੇ ਨੇ। ਲੋਕਾਂ ਦਾ ਮੰਨਣਾ ਹੈ ਕਿ ਜਿਨ ਉਹਨਾਂ ਦੀਆਂ ਸਮੱਸਿਆਵਾਂ ਦੇਖ ਕੇ ਉਹਨਾਂ ਦੀ ਮਦਦ ਕਰਦੇ ਨੇ ਤੇ ਕਈ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਇੱਥੇ ਦੇ ਜਿਨ੍ਹਾਂ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਰਾਤ ਦੇ ਸਮੇਂ ਜਿਨ ਇੱਥੇ ਟੰਗੀਆਂ ਚਿੱਠੀਆਂ ਨੂੰ ਪੜ੍ਹਦੇ ਨੇ। ਇਸ ਜਗ੍ਹਾ ਤੇ ਇੱਕ ਮਾਨਤਾ ਇਹ ਵੀ ਹੈ ਕਿ ਜਦੋਂ ਜਿਨ ਕਿਸੇ ਦੀ ਸਮੱਸਿਆ ਦਾ ਹੱਲ ਕਰ ਦਿੰਦੇ ਨੇ ਤਾਂ ਉਹ ਉਸ ਇਨਸਾਨ ਨੂੰ ਆਪਣੇ ਲਈ ਵੀ ਕੁਝ ਕਰਨ ਨੂੰ ਕਹਿੰਦੇ ਨੇ ਤੇ ਉਸ ਇਨਸਾਨ ਨੂੰ ਫਿਰ ਉਹ ਕਰਨਾ ਪੈਂਦਾ ਹੈ ਜੋ ਜਿਨ ਚਾਹੁੰਦਾ ਹੈ, ਨਹੀਂ ਤੇ ਉਸ ਇਨਸਾਨ ਨੂੰ ਜਿਨ ਦੀ ਗੱਲ ਨਾ ਮੰਨਣ ਦਾ ਮਾੜਾ ਪ੍ਰਭਾਵ ਵੀ ਝੱਲਣਾ ਪੈਂਦਾ ਹੈ। ਆਲੇ ਦੁਆਲੇ ਦੇ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਫਿਰੋਜ਼ ਸ਼ਾਹ ਕਿਲੇ ਦੇ ਵਿੱਚ ਭਾਵੇਂ ਹੀ ਜਿਨ੍ਹਾਂ ਦਾ ਵਾਸ ਹੈ ਪਰ ਜਿਨ੍ਹਾਂ ਨੇ ਅੱਜ ਤੱਕ ਵੀ ਕਿਸੇ ਇਨਸਾਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਤੇ ਲੋਕ ਵੀ ਇਸ ਕਿਲੇ 'ਚ ਸੱਚੇ ਦਿਲ ਦੇ ਨਾਲ ਨਮਾਜ਼ ਅਦਾ ਕਰਨ ਜਾਂਦੇ ਨੇ। ਸੋ ਇਹ ਤੇ ਸੀ ਜਿਨ੍ਹਾਂ ਦੇ ਅਸਤਿਤਵ ਨੂੰ ਚੁਣੌਤੀ ਦਿੰਦੀ ਅਸਲ ਘਟਨਾ। ਤੇ ਹੁਣ ਕੀ ਕਹਿਣਾ ਹੈ ਤੁਹਾਡਾ ਇਸ ਵੀਡੀਓ ਦੇ ਬਾਰੇ ਤੇ ਇਸ ਕਹਾਣੀ ਦੇ ਬਾਰੇ? ਸਾਨੂੰ ਸਾਡੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤੇ ਸਾਡੇ ਫੇਸਬੁੱਕ ਪੇਜ ਯੂਨਾਈਟਿਡ ਐਨਰਾਈ ਪੋਸਟ ਨੂੰ ਫੋਲੋ ਜ਼ਰੂਰ ਕਰੋ। ਤੇ ਜੇਕਰ ਯੂਟਿਊਬ 'ਤੇ ਦੇਖ ਰਹੇ ਹੋ ਤੇ ਸਾਡੇ ਯੂਟਿਊਬ ਚੈਨਲ ਦ ਟੀ ਵੀ ਐਨਰਾਈ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਜੋ ਸਾਡੀ ਹਰ ਇੱਕ ਵੀਡੀਓ ਹਰ ਇੱਕ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ।